ਬਹੁਤ ਹੀ ਸਤਿਕਾਰਯੋਗ ਸਾਡੇ ਸਰਪੰਚ ਸਾਹਿਬਾਨ, ਤੁਹਾਡੇ ਕੋਲ ਅੱਜ ਜਿਹੜੀ ਫਾਜ਼ਲੀ ਲਵਾ ਰਿਹਾ ਉਹ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਪਟਿਆਲਾ ਤੋਂ ਲਵਾ ਰਿਹਾ, ਯਾਨੀ ਕਿ ਜ਼ਿਲ੍ਹਾ ਕਚਹਿਰੀ ਵੱਲੋਂ। ਸਾਡੇ ਸ਼ਾਇਦ ਸੀ ਡੀ ਐਮ ਸਾਹਿਬ ਆ ਜਾਣ, ਉਹਨੇ ਮੀਟਿੰਗ ਚੱਲ ਰਹੀ ਸੀ, ਉਹਦੇ ਕਰਕੇ ਉਹ ਮੈਨੂੰ ਲੱਗਦਾ ਵੀ ਸਾਰੇ ਸਰਪੰਚ ਸਾਹਿਬਾਨ ਹੀ ਬੁਲਾਏ ਨੇ ਇਹਦੇ 'ਚ। ਇਹਦੇ ਵਾਸਤੇ ਅਸੀਂ ਕਿਉਂ ਬੁਲਾਇਆ, ਪਹਿਲਾਂ ਮੈਂ ਆਪਣੇ ਬਾਰੇ ਥੋੜ੍ਹੀ ਜਿਹੀ ਤੁਹਾਨੂੰ ਇੰਟਰੋਡਕਸ਼ਨ ਦੱਸ ਦਿੰਦਾ। ਮੈਂ ਸਤਮੀਤ ਕਾਨੂੰ, ਐਡਵੋਕੇਟ ਡਿਸਟ੍ਰਿਕਟ ਕੋਰਟ ਪਟਿਆਲਾ 'ਚ। ਪੰਜਾਬ ਪੰਚਾਇਤ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਨੂੰ 2008 ਤੋਂ ਲਗਾਤਾਰ ਦਿੰਦਾ ਰਿਹਾ। ਜਦੋਂ ਤੁਹਾਡੀ ਟ੍ਰੇਨਿੰਗ ਚੱਲੀ ਸੀ ਉਦੋਂ ਮੇਰੇ ਕੋਲ ਘੁੰਦਰੇੜੀ ਬਲਾਕ ਸੀ, ਉਦੋਂ ਮੈਂ ਉੱਥੇ ਘੁੰਦਰੇੜੀ ਬਲਾਕ 'ਚ ਟ੍ਰੇਨਿੰਗ ਕੀਤੀ ਸੀ। ਸੋ ਔਰ ਮਾਣਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਗਰੀਬ ਤਬਕੇ ਦੇ ਲੋਕ ਪਿਛੜੇ ਵਰਗ, ਸਾਨੂੰ ਮਾਣਯੋਗ ਸੈਸ਼ਨ ਕੋਰਟ ਵੱਲੋਂ ਆਦੇਸ਼ ਆਏ ਸੀਗੇ ਕਿ ਆਪਣੇ ਪਿੰਡਾਂ 'ਚ ਕੀ ਹੁੰਦਾ ਕਿ ਛੁੱਟਪੁੱਟ ਜਿਹੜੇ ਕੋਈ ਝਗੜੇ ਜਾਂ ਕੋਈ ਇਹੋ ਜਿਹੀ ਡਿਸਪਿਊਟ ਪੈਦਾ ਹੋ ਜਾਂਦੇ ਆ, ਉਹਦੇ ਕਰਕੇ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੈਗੀ ਕਿ ਆਪਣੀ ਮਾਣਯੋਗ ਅਦਾਲਤਾਂ ਵਿੱਚ ਫਰੀ ਲੀਗਲ ਏਡ ਜਿਹੜੀ ਹੈਗੀ ਆ ਉਹ ਮੁਹੱਈਆ ਕਰਾਈ ਜਾਂਦੀ ਹੈ ਲੋੜਵੰਦੀ ਲੋਕਾਂ ਨੂੰ। ਅਤੇ ਉਸ ਲਈ ਸਾਡੇ ਕੋਲ ਸਪੈਸ਼ਲੀ ਉੱਥੋਂ ਮਾਣਯੋਗ ਸੈਸ਼ਨ ਜੱਜ ਸਾਹਿਬ ਨੇ ਉੱਥੋਂ ਜਿਹੜੇ ਨੇ ਟ੍ਰੇਨਰ ਭੇਜੇ ਨੇ, ਅਤੇ ਉਹ ਜਿਹੜੀ ਹੈਗੀ ਇਸ ਬਾਰੇ ਸਰਪੰਚਾਂ ਨੂੰ ਜਾਣਕਾਰੀ ਦੇਣਗੇ ਤਾਂ ਕਿ ਉਹ ਅੱਗੇ ਜਾ ਕੇ ਪਿੰਡ 'ਚ ਜਿਹੜੇ ਲੋਕ ਨੇ ਉਹਨਾਂ ਨੂੰ ਇਸ ਬਾਰੇ ਦੱਸ। ਕਿੰਨੇ ਕੁ ਪੰਚਾਇਤਾਂ ਬੁਲਾਈਆਂ ਨੇ ਜੀ ਇੱਥੇ, ਕਿੰਨੇ ਘਰ? ਅਸੀਂ ਸਾਰੇ ਸਰਪੰਚ ਸੱਦੇ ਨੇ ਜੀ, 104 ਪਿੰਡ ਹੈ ਸਾਡੇ, 104 ਦੇ 4 ਅਸੀਂ ਸਰਪੰਚ ਨੇ ਉਹਨਾਂ ਨੂੰ ਸੱਦਾ ਦਿੱਤਾ। ਬਟ ਕਈ ਵਾਰ ਕੀ ਹੁੰਦਾ ਕਿ ਵੀ ਰੁਝੇਵੇਂ ਕਰਕੇ ਕੋਈ ਨਹੀਂ ਆ ਸਕਦਾ, ਤਾਂ ਉਹਨਾਂ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਇੱਕ ਕੋਈ ਟ੍ਰੇਨਿੰਗ ਕਿਸੇ ਦੇ ਹੋਰ ਲਗਾਤਾਰ ਕਰਾਂਗੇ। ਅੱਜ ਅਸੀਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਸਾਡੇ ਮਾਣਯੋਗ ਸੈਸ਼ਨ ਜੱਜ ਸਾਹਿਬ ਦੀ ਲੈਨ ਮਾਈ ਹੇਠ ਉਹਦੇ ਸਕੱਤਰ ਸਾਡੇ ਸੀ ਜੀ ਐਮ ਜਿਹੜੇ ਨੇ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਅੱਜ ਇੱਥੇ ਬਲਾਕ ਸਨਾਲ ਦੇ ਵਿੱਚ ਪਹੁੰਚੇ ਹਾਂ। ਸਾਡੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੇ ਤਹਿਤ ਇਹਨਾਂ ਨੂੰ ਅਸੀਂ ਦੱਸਿਆ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਪਿੰਡ ਤੋਂ ਤੁਸੀਂ ਸਰਪੰਚ ਸਾਹਿਬ ਆਏ ਹੋ ਉੱਥੇ ਦੱਸੋ ਵੀ ਮੁਫ਼ਤ ਕਾਨੂੰਨੀ ਸਹਾਇਤਾ ਜਿਹੜੀ ਆ ਉਹ ਕਿਹਨਾਂ ਕਿਹਨਾਂ ਨੂੰ ਮਿਲ ਸਕਦੀ ਹੈ, ਕਿਵੇਂ ਮਿਲ ਸਕਦੀ ਹੈ, ਕਿਵੇਂ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ, ਔਰ ਕਿਹੜੀਆਂ ਅਦਾਲਤਾਂ ਦੇ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਮਿਲ ਸਕਦੀ ਹੈ।